ਰੇਲਵੇ ਲਾਈਨ ਨੇੜੇ ਮੁੜ ਤੋਂ ਕਰਵਾਇਆ ਗਿਆ ਪ੍ਰੋਗਰਾਮ। ਅੰਮ੍ਰਿਤਸਰ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ ਨੂੰ ਅਜੇ ਕੁਝ ਹੀ ਦਿਨ ਹੋਏ ਹਨ, ਪਰੰਤੂ ਨਾ ਤਾਂ ਰੇਲਵੇ ਤੇ ਨਾ ਹੀ ਲੋਕ ਇਸ ਤੋਂ ਕੁਝ ਸਬਕ ਲੈ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਵਿਖੇ, ਜਿੱਥੇ ਕਿ ਧੂਰੀ ਨੂੰ ਜਾਂਦੀ ਰੇਲਵੇ ਲਾਈਨ ਨੇੜੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਲੋਕ ਰੇਲਵੇ ਲਾਈਨ ਦੇ ਨੇੜੇ ਹੀ ਦੁਕਾਨਾਂ ਲਗਾ ਕੇ ਬੈਠੇ ਸਨ, ਜਦ ਕਿ ਲੋਕ ਬੇਖੌਫ ਹੋ ਕੇ ਰੇਲਵੇ ਲਾਈਨ ਪਾਰ ਕਰ ਰਹੇ ਸਨ। ਇਸ ਦੌਰਾਨ ਟ੍ਰੇਨਾਂ ਵੀ ਉੱਥੋਂ ਗੁਜ਼ਰ ਰਹੀਆਂ ਸਨ। ਇਸ ਪ੍ਰੋਗਰਾਮ ਵਿੱਚ ਕਾਂਗਰਸ ਦੇ ਵਿਧਾਇਕ ਸੁਰਿੰਦਰ ਡਾਵਰ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਇਸ ਸੰਬੰਧੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਉਹ ਪ੍ਰੋਗਰਾਮ ਵਿੱਚ ਸ਼ਾਮਿਲ ਨਾ ਹੁੰਦੇ। ਦੇਖੋ ਮੇਰੀ ਗੱਲ ਸੁਣੋ, ਇਹ ਉਹ ਤੋਂ ਕਾਫੀ ਗੈਪ ਹੈ, ਉਹ ਸੜਕ ਦੇ ਉੱਤੇ ਪ੍ਰੋਗਰਾਮ ਰੱਖਿਆ ਹੋਇਆ, ਇਹਦੀ ਮਨਜ਼ੂਰੀ ਜਿਹੜੇ ਪ੍ਰਬੰਧਕਾਂ ਨੇ ਲਈ ਹੋਈ ਹੈ, ਠੀਕ ਹੈ। ਔਰ ਬਕਾਇਦਾ ਤੌਰ 'ਤੇ ਮੈਂ ਇੰਚਾਰਜ ਨੂੰ ਟੈਲੀਫੋਨ ਕੀਤਾ ਸੀ ਵੀ ਆਪਣੇ 5-7-10 ਬੰਦੇ ਲਾ ਦਿਓ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਬਹੁਤ ਵੱਡੀ ਮਿਸਹੈਪਨਿੰਗ ਹੋਈ ਹੈ। ਕਹਿੰਦੇ ਨਾ ਕਿਸੇ ਦਾ ਘਰ ਚੱਲਦਾ ਦੇਖ ਕੇ ਬੰਦੇ ਨੂੰ ਆਪਣਾ ਘਰ ਪਹੁੰਚਾ ਲੈਣਾ ਚਾਹੀਦਾ, ਸੋ ਵਾਰ ਵਾਰ ਮੈਂ ਅਨਾਊਂਸਮੈਂਟ ਵੀ ਕਰਾ ਰਿਹਾ ਹਾਂ। ਤੋ ਅਸੀਂ ਅੱਗੇ ਫਿਊਚਰ ਇਹਨਾਂ ਨੂੰ ਇਸ ਗੱਲ ਦਾ ਲਈ ਫਿਊਚਰ ਇਸ ਗੱਲ ਦਾ ਧਿਆਨ ਰੱਖਾਂਗੇ ਕਿ 200-300-400 ਫੁੱਟ ਦੂਰ ਹੋਣਾ ਚਾਹੀਦਾ ਹੈ ਪ੍ਰੋਗਰਾਮ, ਕਿਉਂਕਿ ਪਹਿਲਾਂ ਦੁਸਹਿਰਾ ਵੀ ਇੱਥੇ ਹੋ ਕੇ ਹਟਿਆ, ਉਹ ਵੀ ਮੈਂ ਸਮਝਦਾ ਕਿ ਗਲਤ ਹੈ। ਰੇਲਵੇ ਟਰੈਕ ਦੇ ਨਾਲ ਉੱਥੇ ਤਾਂ ਭੀੜ ਬਹੁਤ ਜ਼ਿਆਦਾ ਹੁੰਦੀ, ਸ਼ਹਿਰਾਂ ਦੀ ਗਿਣਤੀ ਤਾਂ 200-300-400-500 ਯੂਥ ਇੱਥੇ ਇਕੱਠਾ ਹੋਇਆ, ਔਰ ਬੜੇ ਇੰਟੈਲੀਜੈਂਟ ਮੁੰਡੇ ਨੇ, ਉਹਨਾਂ ਨੂੰ ਇਹੀ ਕਹਿ ਰਹੇ ਜੀ ਉੱਥੇ ਬਕਾਇਦਾ ਬੰਦੇ ਪੁਲਿਸ ਦੇ ਲਾਏ ਨੇ ਕਿ ਉੱਧਰ ਕੋਈ ਬੰਦਾ ਨਾ ਜਾ। ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਪ੍ਰੋਗਰਾਮ ਇੱਥੇ ਜਾਣ। ਜੇ ਇਹਨਾਂ ਨੇ ਮੇਰੇ ਨਾਲ ਸਲਾਹ ਕੀਤੀ ਹੁੰਦੀ ਵੀ ਅਸੀਂ ਇੱਥੇ ਕਰ ਰਹੇ ਹਾਂ ਤਾਂ ਸ਼ਾਇਦ ਇਹਨਾਂ ਨੂੰ ਮੈਂ ਇੱਥੋਂ ਰੱਖਣ ਤੋਂ ਅਵਾਇਡ ਕਰਦਾ। ਉੱਧਰ ਇਸ ਨੂੰ ਲੈ ਕੇ ਜਦੋਂ ਰੇਲਵੇ ਪੁਲਿਸ ਦੇ ਅਧਿਕਾਰੀ ਇੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਉਹਨਾਂ ਦੀ ਹੱਦ ਤੋਂ ਬਾਹਰ ਹੈ। ਲੁਧਿਆਣਾ ਤੋਂ ਅਜੀਤ ਵੈਬ ਟੀਵੀ ਲਈ ਰੁਪੇਸ਼ ਕੁਮਾਰ ਦੀ ਰਿਪੋਰਟ। ਜਿਹੜਾ ਲੱਗਿਆ ਮੌਕੇ 'ਤੇ ਆਇਆ, ਜਿਹੜਾ ਟੈਂਟ ਹੈ ਬਾਹਰ ਹੈ ਡਿਸਟ੍ਰਿਕਟ ਦੀ ਧੂਰ ਦੇ ਵਿੱਚ ਲੱਗਿਆ, ਲਾਈਨਾਂ ਤੋਂ ਵਖਵਾ ਹੈ, ਲਾਈਨਾਂ ਦੇ ਬਾਕੀ ਫੋਰਸ ਵੀ ਡਿਸਟ੍ਰਿਕਟ ਪੁਲਿਸ ਲਾਈਨਾਂ ਦੇ ਨਾਲ, ਇਹਨਾਂ ਵੱਲੋਂ ਮਨਜ਼ੂਰੀ ਲਈ ਹੋਣੀ ਤਾਂ ਫੋਰਸ ਸਾਰੀ ਲੱਗੀ ਹੋਈ ਲਾਈਨਾਂ ਦੇ ਨਾਲ, ਇੱਧਰੋਂ ਰੋਕਿਆ ਜਾ ਰਿਹਾ ਲਾਈਨਾਂ ਦੇ ਨਾਲ, ਕਿਸੇ ਬੰਦੇ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ। ਲੇਕਿਨ ਕਲੀਅਰ ਕੀਤਾ ਜਾਂਦਾ ਕੋਈ ਰੈਡੀ ਆ ਕੇ ਲਾਲੇ ਤਾਂ ਤਕਰੀਬਨ ਲੋਕਾਂ ਨੂੰ ਅਗਾਹ ਕੀਤਾ ਗਿਆ, ਕਾਰਵਾਈ ਕਰਾਂਗੇ। ਹਾਂ ਚਲੋ ਦੇਖੋ, ਕੋਈ ਬਾਹਰੋਂ ਨਵਾਂ ਬੰਦਾ ਆ ਜਾਂਦਾ ਉਹ ਲਾ ਕੇ ਖੜ ਜਾਂਦਾ ਰੈਡੀ, ਕੋਈ ਹੋਰ ਇੱਦਾਂ ਕਰਾਂਗੇ, ਕਲੀਅਰ ਕਰਾਵਾਂਗੇ ਇਹਨੂੰ, ਬਿਲਕੁਲ ਰੋਕਾਂਗੇ ਵੀ ਲਾਈਨਾਂ ਦੇ ਨਾਲ ਨਹੀਂ ਲੱਗਣ ਦੇਵਾਂਗੇ ਇਹਨੂੰ।